ਮਾਰਨਿੰਗ ਸ਼ੋਅ ਦੀ ਜਗ੍ਹਾ ਤੇ ਇੱਕ ਸਪੈਸ਼ਲ ਸ਼ੋਅ, ਮਾਰਨਿੰਗ ਸ਼ੋਅ ਹੀ ਵੈਸੇ ਤਾਂ ਆਪਾਂ ਖਬਰਾਂ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ। ਮਾਰਨਿੰਗ ਸ਼ੋਅ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਕੀ ਹੁੰਦਾ ਆ, ਅੱਜ ਇਹਨਾਂ ਤੋਂ ਉੱਠ ਕੇ ਇੱਕ ਵੱਖਰਾ ਸ਼ੋਅ ਲੈ ਕੇ ਆਏ ਹਾਂ, ਖਾਸ ਕਰਕੇ ਇਟਲੀ ਵਾਲਿਆਂ ਦੇ ਲਈ, ਕਿਉਂਕਿ ਇਟਲੀ ਦੇ ਵਿੱਚ ਪੈਣ ਜਾ ਰਹੀਆਂ ਨੇ ਧਮਾਲਾਂ 13 ਤੇ 14 ਅਗਸਤ ਨੂੰ। ਤੇ ਰੋਮ ਦੇ ਸ਼ਹਿਰ ਤੇ ਲੋਦਰ ਲਵੀਨੀਓ ਵਿੱਚ ਜਿਹੜੀਆਂ, ਰੋਮ ਦਾ ਸ਼ਹਿਰ ਲਵੀਨੀਓ ਤੇ ਦੂਜੇ ਪਾਸੇ ਸੁਬੋਧੀਆ ਦੇ ਵਿੱਚ ਜਿਹੜੀਆਂ ਉਹ ਪੈਣਗੀਆਂ ਧਮਾਲਾਂ ਸੁਵਿਧ ਸੁਖਜਿੰਦਰ ਸ਼ਿੰਦਾ ਦੇ ਨਾਲ। ਕਹਿੰਦੇ ਜਿਹੜੀ ਉਮਰ ਹੁੰਦੀ ਨਾ, ਇਹ ਉਮਰ ਬੰਦੇ ਨੂੰ ਜਿੱਦਾਂ ਜਿੱਦਾਂ ਉਮਰ ਵੱਧਦੀ ਜਾਂਦੀ ਆ ਤੇ ਬੰਦੇ ਦੇ ਚਿਹਰੇ ਉੱਤੇ ਸਪਸ਼ਟ ਹੋਣਾ ਸ਼ੁਰੂ ਹੋ ਜਾਂਦਾ ਕਿ ਬੰਦਾ ਕਿੰਨੀ ਕੁ ਉਮਰ ਦਾ ਆ, ਕੀ ਅੰਦਾਜ਼ਾ। ਜਿੱਦਾਂ ਜਿੱਦਾਂ ਉਮਰ ਵੱਧਦੀ ਜਾਂਦੀ ਉਸ ਹਿਸਾਬ ਨਾਲ ਬੰਦੇ ਦਾ ਚਿਹਰੇ ਉੱਤੇ ਬੰਦੇ ਨੂੰ ਸਿੱਟ ਦੀ ਉਮਰ ਨਜ਼ਰ ਆਉਂਦੀ। ਪਰ ਕੁਛ ਦੁਨੀਆ ਦੇ ਵਿੱਚ ਇਹੋ ਜਿਹੇ ਸ਼ਖਸ ਹੁੰਦੇ ਨੇ ਜਿਹੜੀ ਉਮਰ ਜਿੱਦਾਂ ਜਿੱਦਾਂ ਵੱਧਦੀ ਆ ਉਦੋਂ ਉਦੋਂ ਜਵਾਨ ਹੁੰਦੇ ਜਾਂਦੇ ਨੇ। ਮੇਰੀ ਮੁਰਾਦ ਆ ਸੁਖਜਿੰਦਰ ਸ਼ਿੰਦਾ। ਅਬ ਆਪਾਂ ਅੱਜ ਇਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਇਹਨਾਂ ਤੋਂ ਪੁੱਛਣਾ, ਪਹਿਲਾਂ ਸ਼ੁਰੂਆਤ ਕਰਦੇ ਵੀ ਇਹਦੇ ਪਿੱਛੇ ਰਾਜਗੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇ ਟੀਵੀ ਦੇ ਮਾਰਨਿੰਗ ਸ਼ੋਅ ਦੇ ਵਿੱਚ ਵੀਰ, ਭੈਣ, ਬਜ਼ੁਰਗ, ਬੱਚੇ ਜੋ ਦੇਖ ਰਹੇ ਇਸ ਨਾਚੀਜ਼ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸੇ ਵੀ ਸਭ ਠੀਕ ਹੋਣ। ਅਸੀਂ ਵੀ ਦੁੱਧ ਉਸੇ ਮਾਰਕੀਟਾਂ ਦਾ ਪੀਂਦੇ ਜੀ ਇੰਗਲੈਂਡ ਵਿੱਚੋਂ ਖਰੀਦ ਕੇ। ਨਹੀਂ, ਇਹ ਸੱਚਾਈ ਆ ਕਿ ਤੁਸੀਂ ਕੋਈ ਘਰ ਮੱਝਾਂ ਗਾਵਾਂ ਰੱਖੀਆਂ ਵੀ ਜਿਹੜਾ, ਮਤਲਬ ਮੈਨੂੰ, ਮੈਂ ਪਹਿਲਾਂ ਸੋਚਣ ਲੱਗਾ ਸੀ ਮੈਂ ਹੁਣ ਕਹਾਂ ਕਿ ਮੇਰਾ ਵੱਡਾ ਵੀਰ ਜਾਂ ਛੋਟਾ ਵੀਰ, ਮੈਨੂੰ ਸਮਝ ਨਹੀਂ ਲੱਗੀ ਤੇ ਮੈਂ ਹੁਣ ਇਸੇ ਕਰਕੇ ਦੁਬਧਾ ਵਿੱਚ ਪੈ ਗਿਆ ਵੀ ਤੁਸੀਂ ਕਿਹੜੀ ਕਿਹੜੀ ਸ਼ੈ ਆ ਜਿਹੜੀ ਵੀ ਤੁਹਾਨੂੰ ਜਦੋਂ ਵੀ ਦੇਖੋ ਦਿਨ ਭਰ ਦਿਨ ਜਵਾਨ ਹੀ ਹੁੰਦੇ ਜਾਂਦੇ ਆ, ਕਿ ਗੱਲ ਕੀ ਇਹਦੇ ਰਾਜ ਕੀ ਆ? ਸੰਦੀਪ ਜੀ, ਜਿਸ ਤਰ੍ਹਾਂ ਤੁਸੀਂ ਕਹੇ ਨਾ, ਮੈਂ ਕੈਨੇਡਾ ਗਿਆ ਸੀਗਾ ਪ੍ਰੋਗਰਾਮ ਕਰਨ ਤੇ ਨਾਲ ਉਹਨਾਂ ਨੇ ਮੈਨੂੰ ਦੇ ਦਿੱਤਾ, ਮੈਂ ਕਿਹਾ ਇਹ ਦੇਖੋ ਮੈਂ ਘੁੰਮਣਾ ਉੱਥੇ ਵਾਸ਼ਿੰਗਟਨ DC ਗਏ ਸੀਗੇ। ਅੱਛਾ। ਤੇ ਵਾਈਟ ਹਾਊਸ ਵਗੈਰਾ ਦੇਖਣਾ ਤੇ ਉਹ ਮੈਨੂੰ ਕਹਿੰਦੇ ਵੀ ਆਹ ਬੰਦਾ ਤੈਨੂੰ ਦਿੰਦੇ ਆ, ਬਹੁਤ ਵਧੀਆ, ਇਹ ਤੈਨੂੰ ਘੁਮਾ ਫਰੂਗਾ। ਅੱਛਾ। ਤੇ ਮੈਂ ਸ਼ੁਰੂ ਕੀਤੀ ਆ ਭਾਜੀ ਤੇ ਦੂਜੇ ਦਿਨ ਮੈਂ ਅੰਕਲ ਤੇ ਆ ਗਿਆ ਤੇ ਤੀਜੇ ਦਿਨ ਬਾਬੇ ਤੇ। ਮੈਨੂੰ ਕਹਿੰਦਾ ਯਾਰ ਗੱਲ ਸੁਣ, ਸ਼ੁਰੂ ਭਾਜੀ ਤੋਂ ਕੀਤਾ ਫਿਰ ਅੰਕਲ ਤੇ, ਮੈਂ ਬਾਬੇ ਤੇ ਗੱਲ ਕੀ ਹੈ। ਮੈਂ ਕਿਹਾ ਦੇਖੇ ਜਿਸ ਤਰ੍ਹਾਂ ਤੁਹਾਡੇ ਨਾਲ ਰਿਲੀਜਨ ਹੁੰਦਾ, ਪਿਆਰ ਸਤਿਕਾਰ ਤੁਹਾਡਾ ਵਧੀ ਜਾਂਦਾ, ਤੁਸੀਂ ਸਾਡੇ ਬਜ਼ੁਰਗ ਹੋ। ਸੋ ਇਹ ਗੱਲ ਹੈ, ਇਹ ਨਹੀਂ, ਇਹ ਕੋਈ ਐਸਾ ਖਾਸ ਰਾਜ ਨਹੀਂ ਜਿਸ ਐਕਸਰਸਾਈਜ਼ ਤੇ ਖਾਣ ਪੀਣ ਦਾ, ਹੈਨਾ। ਹੁਣ ਜੇ ਬੰਦਾ ਕਹੇ ਮੈਂ ਸਮੋਸੇ ਰੋਜ਼ ਖਾਣੇ ਆ ਜਾਂ ਪਰੌਂਠੇ ਰੋਜ਼ ਖਾਣੇ ਆ ਤੇ ਉਹ ਤਾਂ ਜਿਹੜਾ ਬਿਮਾਰੀ ਦੇ ਘਰ ਹੈ ਨਾ, ਉਹ ਤਾਂ ਕਦੇ ਕਦੇ ਠੀਕ ਆ। ਤੁਸੀਂ ਆਪਣਾ ਡਾਇਟ ਰੱਖੋ ਤੇ ਬਾਕੀ ਜੋ ਸਤਿਗੁਰ ਦਾ ਹੁਕਮ ਹੈ ਜੋ। ਬਿਲਕੁਲ ਜੀ, ਮੈਂ ਤਾਂ ਉਹੀ, ਲੋਕਾਂ ਦਾ ਪਿਆਰ ਆ ਜਿਹੜਾ ਖਾਸ। ਬਿਲਕੁਲ ਜੀ, ਇਹ ਵੀ ਇੱਕ ਤੁਹਾਨੂੰ ਐਨਰਜੀ ਦਿੰਦੇ ਆ। ਮੈਂ ਕਿਹਾ ਉਹੀ ਮੈਂ ਗੱਲ ਕਰਦਾ ਸੀ ਕਿ ਮੈਂ ਕਿਹਾ ਅੱਜ ਮੈਂ ਅੱਜ ਪੁੱਛਣਾ ਲਾਈਵ ਸ਼ੋਅ ਦੇ ਵਿੱਚ ਪੁੱਛਣਾ ਵੀ ਅੱਜ ਅਸਲ 'ਚ ਸਿਹਤ ਦਾ ਵਿੱਚ ਰਾਜ ਕੀ ਹੈ ਵੀ ਜਦੋਂ ਵੀ ਦੇਖਦੇ ਹਾਂ ਤੁਸੀਂ ਦਿਨ ਪਰ ਦਿਨ ਜਵਾਨ ਹੀ ਹੁੰਦੇ ਜਾਂਦੇ ਆ ਤੇ ਇਹਦਾ ਉਮਰ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਹੈ ਕਿ ਚਿਹਰੇ ਤੋਂ ਜਿਹੜੀਆਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਉਹ ਬੰਦਾ ਕਿੰਨੀ ਕੁ ਉਮਰ ਦਾ। ਹੁਣ ਇਸੇ ਕਰਕੇ ਆਪਾਂ ਦੇਖਿਆ ਜਾਵੇ ਤਾਂ ਅੱਜ ਮੈਂ ਬਿਲਕੁਲ ਮੈਂ ਉਹੀ ਮਕਸਦ ਵੀ ਮਾਰਕੀਟਾਂ ਅਸੀਂ ਇਹਨਾਂ 'ਚ ਅਸੀਂ ਵੀ ਸਮਾਨ ਖਰੀਦਦੇ ਹਾਂ ਵੀ ਜਾਂ ਤਾਂ ਫਿਰ ਜਾਂ ਕਿਤੇ ਉਹਨਾਂ ਨੇ ਕੋਈ ਮੱਝਾਂ ਮੁੱਝਾਂ ਘਰੇ ਰੱਖੀਆਂ ਹੈ ਜਿਹੜਾ ਵੀ ਦੁੱਧ ਜਿਹੜਾ ਰੋਜ਼ ਪੀਂਦੇ ਤੇ ਇੰਨਾ ਸਵੇਰੇ ਤਕੜਾ ਜਿਹੜਾ ਸਰੀਰ ਮੈਂ ਵਧੀਆ ਬਣਾਇਆ। ਚਲੋ ਵਧੀਆ ਬਣਾਉਣਾ ਚਾਹੀਦਾ ਕਿ ਬਸ ਇੱਕ ਜਿੱਥੇ ਜਿੱਥੇ ਵੀ ਪੰਜਾਬੀ ਸਾਡੇ ਵੱਸਦੇ ਨੇ ਉਹਨਾਂ ਦੇ ਦਿਲਾਂ ਉੱਤੇ ਇੱਕ ਆਵਾਜ਼ ਜਿਹੜੀ ਆ ਉਹ ਬੁਲੰਦ ਰਹਿੰਦੀ ਆ, ਉਹਨਾਂ ਦੇ ਦਿਲਾਂ ਨੂੰ ਛਾਉਂਦੀ ਆ, ਉਹਨਾਂ ਦਿਲਾਂ ਉੱਤੇ ਰਾਜ ਕਰਦੀ ਆ ਵਿਦ ਸੁਖਜਿੰਦਰ ਸ਼ਿੰਦਾ ਦੇ। ਆਪਾਂ ਜੇ ਗੱਲ ਕਰੀਏ ਹੁਣ ਇਟਲੀ ਦੇ ਵਿੱਚ ਭਾਜੀ ਹੋਣਾ ਦਾ ਸ਼ੋਅ ਹੋਣ ਜਾ ਰਿਹਾ, 13 ਤਰੀਕ ਨੂੰ ਹੈਗਾ ਜੀ ਰੋਮ ਵਿਖੇ ਅਤੇ 14 ਤਰੀਕ ਨੂੰ ਜਿਹੜਾ ਸੋਰੀ ਮੈਂ ਗਲਤ ਹੋ ਗਿਆ, ਅਤੇ 13 ਤਰੀਕ ਨੂੰ ਜਿਹੜਾ 13 ਅਗਸਤ ਨੂੰ ਹੈਗਾ ਜੀ ਇਹ ਆਪਣਾ ਜਿਹੜਾ ਸੁਬੋਧੀਆ ਵਿਖੇ ਸ਼ੋਅ ਹੋਣ ਜਾ ਰਿਹਾ ਅਤੇ 14 ਤਰੀਕ ਨੂੰ ਲਵੀਨੀਓ ਰੋਮਾ ਵਿਖੇ ਜਿਹੜਾ ਉਹ ਸ਼ੋਅ ਹੋਣ ਜਾ ਰਿਹਾ। ਭਾਜੀ ਹੁਣਾਂ ਦਾ ਲਾਈਵ ਸ਼ੋਅ ਹੋਵੇਗਾ ਅਤੇ 6 ਤੋਂ 7-8 ਵਜੇ ਤੱਕ ਜਿਹੜਾ ਉਹ ਤੁਹਾਨੂੰ ਟਾਈਮ ਤੁਸੀਂ ਸਟੂਡੀਓ ਤੋਂ ਫੋਨ ਕਰਕੇ ਪਤਾ ਕਰ ਸਕਦੇ ਹੋ ਕਿ ਜਿਹੜੀਆਂ ਇਨਫੋਰਮੇਸ਼ਨ ਤੁਹਾਨੂੰ ਚਾਹੀਦੀਆਂ ਨੇ। ਤੁਸੀਂ ਅੱਜ ਆਪਾਂ ਗੱਲਬਾਤ ਕਰਦੇ ਇਸ ਮੁੱਦੇ ਉੱਤੇ ਆਪਣੇ ਵੀਰ ਸੁਖਜਿੰਦਰ ਸ਼ਿੰਦਿਆ ਹੋਣਾਂ ਦੇ ਨਾਲ ਅਤੇ ਅੱਜ ਕਿਹੋ ਜਿਹਾ ਉਹਨਾਂ ਨੂੰ ਲੱਗਦਾ ਕਿ ਇਟਲੀ ਦੇ ਵਿੱਚ, ਦੱਸਿਓ ਵੀ ਜੇ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਅਤੇ ਜਾਂ ਫਿਰ ਪਹਿਲਾਂ ਵੀ ਜਾ ਕੇ ਹੋ। ਪਹਿਲਾਂ ਗਿਆ ਅਤੇ ਇੱਕ ਵੈਡਿੰਗ ਫੰਕਸ਼ਨ ਵੀ ਸੀਗਾ ਜੀ, ਮੇਲਾ ਕਾਫੀ ਸਾਲ ਹੋ ਗਏ, ਲੇਕਿਨ ਉਸ ਤੋਂ ਬਾਅਦ ਨਹੀਂ ਗਿਆ ਅਤੇ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਉੱਥੇ ਕਹਿੰਦੇ ਵੀ ਆਓ ਇਟਲੀ। ਹੁਣ ਵੀ ਈਮੇਲ ਕਰਦੇ ਸੀ ਲੇਕਿਨ ਤੁਸੀਂ ਕਲੀਅਰ ਕਰ ਦਿੱਤਾ ਵੀ ਸੰਬੋਧੀ ਆ 13 ਤਰੀਕ ਨੂੰ ਅਤੇ 14 ਤਰੀਕ ਨੂੰ ਰੋਮ ਦੇ ਵਿੱਚ ਜੀ। ਸੋ ਹਜੇ ਵੀ ਈਮੇਲ ਤੇ ਆ ਰਹੇ ਵੀ ਕਿੱਥੇ, ਕਈਆਂ ਨੂੰ ਹਜੇ ਪਤਾ ਨਹੀਂ। ਬਿਲਕੁਲ, ਅਤੇ ਉਹ ਸਾਰਾ ਤੁਸੀਂ ਅੱਜ ਦੱਸਣਾ ਵੀ ਉੱਥੇ ਹੁੰਮ ਹਮਾ ਕੇ ਪਹੁੰਚਣ, ਕਿਉਂਕਿ ਬਹੁਤ ਸਾਰੇ ਇਟਲੀ ਦੇ ਵਿੱਚ ਸਾਡੇ ਮਤਲਬ ਸੰਗੀਤ ਦੇ ਚਾਹਵਾਨੇ ਆ, ਗਾਣੇ ਵਜਾਣੇ ਦੇ, ਤੁਹਾਨੂੰ ਪਤਾ ਬਹੁਤ ਸ਼ੌਕੀਨ ਆ ਮੁੰਡੇ, ਇੰਡੀਆ ਤੋਂ ਵੀ ਨਵੇਂ ਆਏ ਆ ਅਤੇ ਉਹ ਪੁੱਛਦੇ ਰਹਿੰਦੇ ਆ ਵੀ ਅਸੀਂ ਆਉਣਾ ਉੱਥੇ ਜੀ। ਮੈਂ ਕਿਹਾ ਜ਼ਰੂਰ ਸੀ ਜੀ, ਸੱਦ ਕੇ ਆਓ ਅਤੇ ਤੁਸੀਂ ਦੱਸ ਦਿੱਤਾ ਉਹਨਾਂ ਨੂੰ, ਖੁੱਲ੍ਹਾ ਸੱਦਾ ਆ, ਪਰਿਵਾਰ ਸਮੇਤ ਆਓ ਅਤੇ ਪਹੁੰਚੋ। ਬਿਲਕੁਲ ਜੀ, ਮੈਂ ਇੱਥੇ ਇੱਕ ਕਲੀਅਰ ਕਰ ਦੇਵਾਂ, ਪ੍ਰੋਪਰ ਐਡਰੈਸ ਦੇ ਨਾਲ ਤੁਹਾਨੂੰ ਦੱਸ ਦੇਣਾ ਜੀ, ਇਹ 13 ਅਗਸਤ ਵੀਆ ਲੂੰਗੋ ਸੀਸਤੋ, 13 ਅਗਸਤ ਵੀਆ ਲੂੰਗੋ ਸੀਸਤੋ, ਨੰਬਰ ਹੈਗਾ ਜੀ 2684 ਸੁਬੋਧੀਆ, ਅਤੇ ਇਹਦੇ ਉੱਤੇ ਲਤੀਨਾ ਇਹਦਾ ਪੰਜਾਬ ਪ੍ਰੋਵਿੰਸ਼ ਆ ਜੀ। ਉੱਥੇ ਤੁਸੀਂ ਇਸ ਐਡਰੈਸ ਤੋਂ ਉੱਤੇ ਪਹੁੰਚ ਕੇ
ਅਤੇ ਆਪਣੇ ਵਿਦ ਫੈਮਿਲੀ ਵਿੱਚ ਪਰਿਵਾਰਕ ਮੈਂਬਰਾਂ ਬੱਚਿਆਂ ਨੂੰ ਨਾਲਿਆਂ ਸਾਰਿਆਂ ਨੂੰ ਨਾਲ ਲੈ ਕੇ ਉੱਥੇ ਇਸ ਸ਼ੋਅ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਆ ਅਤੇ ਸੁਖਜਿੰਦਰ ਸ਼ਿੰਦਾ ਹੋਣਾ ਦੇ ਨਾਲ ਆਪਾਂ ਭੰਗੜੇ ਵੀ ਪਾਉਣੇ ਆ ਅਤੇ ਉੱਥੇ ਗਾਣੇ ਵੀ ਸੁਣਨੇ ਆ ਅਤੇ ਉਹਨਾਂ ਦਾ ਜਿਹੜਾ ਜੋ ਉੱਥੇ ਪੇਸ਼ ਕਰਨੇ ਉਹਨਾਂ ਦੇ ਆਪਾਂ ਬਿਲਕੁਲ ਸੁਣਨਾ ਅਤੇ ਆਪਾਂ 14 ਅਗਸਤ ਦੀ ਆਪਾਂ ਗੱਲ ਕਰੀਏ ਜੀ ਇਹ ਹੈਗਾ ਜੀ 6 ਵਜੇ ਤੋਂ ਲੈ ਕੇ ਸਾਡਾ ਸ਼ੋਅ ਇਹ ਸ਼ੁਰੂ ਹੋ ਜਾਣਾ ਅਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕਿੰਨਾ ਕੁ ਚਿਰ ਸਾਡੇ ਵੀਰ ਹੋਣੀ ਧਮਾਲਾ ਪਾਉਂਦੇ ਨੇ ਇਹ ਹੈਗਾ ਜੀ ਵੀ 20 17 2 ਨੇ ਦਲ ਸਾਂਦਰਲੋ ਨੰਬਰ 8 ਜੀ ਆਂਸੀਓ ਰੋਮਾ ਨੀਅਰ ਮੰਦਰ ਦੇ ਲਾਗੇ ਇਹ ਜਿਹੜਾ ਐਡਰੈਸ ਹੈ ਜੀ ਅਤੇ ਇਹ ਰੋਮ ਦੇ ਵਿੱਚ ਇਹ ਪ੍ਰਵਿੰਸ਼ਾ ਪੈਂਦਾ ਜਾਣੀ ਕਿ ਸਟੇਟ ਜਿਹੜੀ ਰੋਮ ਪੈਂਦੀ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦਾ 14 ਅਗਸਤ ਨੂੰ 6 ਵਜੇ ਜਿਹੜਾ ਇਹ ਸ਼ੋਅ ਸਟਾਰਟ ਹੋ ਜਾਣਾ ਜੀ ਵੀਆ ਸੰਦਰੋ ਸਤਰਾਦੋਨੇ ਦਲ ਸਾਂਦਰਲੋ ਨੰਬਰ 8 ਆਂਸੀਓ ਰੋਮਾ ਨੀਅਰ ਮੰਦਰ ਇੱਥੇ ਜਿਹੜੀਆਂ ਇਹ ਸੁਖਜਿੰਦਰ ਸ਼ਿੰਦਾ ਹੁਣੀ ਪਾਉਣਗੇ ਜੀ ਧਮਾਲਾਂ ਪੂਰੀ ਇਹਨਾਂ ਦੀ ਟੀਮ ਜਿਹੜੀ ਆ ਉਹ ਇੱਥੋਂ UK ਤੋਂ ਉਹ ਜਾ ਰਹੀ ਆ ਇਟਲੀ ਦੇ ਵਿੱਚ ਅਤੇ ਆਪਣੇ ਜਿਹੜਾ ਤੁਹਾਨੂੰ ਆਪਣੇ ਪੂਰੇ ਜੋ ਇੱਥੇ ਸਾਜ ਬਾਜ ਇੱਥੋਂ ਲੈ ਕੇ ਉਹ ਜਾ ਰਹੇ ਨੇ ਬਿਲਕੁਲ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਰਹੇਗੀ ਜਿੱਦਾਂ ਵੀਰ ਹੋਣਾ ਦੇ ਜਿੱਦਾਂ ਲਾਈਵ ਸ਼ੋਅ ਹੁੰਦੇ ਨੇ ਆਪਾਂ ਇਹਨਾਂ ਵਿੱਚ ਪੁੱਛਦੇ ਹਾਂ ਕਿਵੇਂ ਕਿਵੇਂ ਤਿਆਰੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਹਾਂਜੀ ਸੰਦੀਪ ਜੀ ਜਿੱਥੇ ਤੁਸੀਂ ਦੱਸਿਆ ਬਹੁਤ ਵਧੀਆ ਤੁਸੀਂ ਐਡਰੈਸ ਮੇਰੇ ਤਾਂ ਸਮਝ ਤੋਂ ਬਾਹਰ ਆ ਜੀ ਤੁਸੀਂ ਜਿਹੜੇ ਇਟਲੀ ਤੁਸੀਂ ਰਹੇ ਆ ਜੀ ਲੇਕਿਨ ਜਿਹੜੇ ਰਹਿਣਗੇ ਉਹਨਾਂ ਨੂੰ ਲੱਗ ਗਿਆ ਪਤਾ ਐਨ ਬਿਲਕੁਲ ਹਾਂਜੀ ਅਤੇ ਨਾਲ ਮੇਚੀ ਇਸ਼ਾਰਾ ਜੀ ਸਾਡੇ ਵੱਡੇ ਵੀਰ ਲਿਵਿੰਗ ਲੈਜੈਂਡ ਜਿਨ੍ਹਾਂ ਦੇ ਗੀਤ ਅੰਮ੍ਰਿਤਸਰੀਆ ਮੁੰਡਿਆ ਹਾਂਜੀ ਬਹੁਤ ਮਸ਼ਹੂਰ ਗੀਤ ਹੈ ਗਿੱਧੇ ਵਿੱਚੋਂ ਬਚ ਕੇ ਨਾ ਜਾਈ ਸੋ ਉਹ ਵੱਡਾ ਵੀਰ ਵੀ ਨਾਲ ਆ ਰਿਹਾ ਓਕੇ ਐਕਸਟਰਾ ਰੌਣਕਾਂ ਲਾਉਣ ਵਾਸਤੇ ਹਾਂਜੀ ਬਿਲਕੁਲ ਜੀ ਤੁਹਾਨੂੰ ਤੁਹਾਨੂੰ ਮਤਲਬ ਪੂਰੀ ਹੋ ਗਈ ਜੀ ਅਤੇ ਨਾਲ ਗਰੁੱਪ ਇੱਥੇ ਜਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਫੁੱਲ ਬੈਂਡ ਦੇ ਨਾਲ ਸਾਜ ਬਾਜ ਲੈ ਕੇ ਇੱਥੋਂ ਆ ਰਹੇ ਹਾਂ ਸੋ ਮਾਲਕ ਕਿਰਪਾ ਕਰਨ ਵੀ ਤੁਸੀਂ ਪਹੁੰਚੋ ਅਤੇ ਇੰਜੋਏ ਕਰਾਵਾਂਗੇ ਪੂਰਾ ਬਿਲਕੁਲ ਜੀ ਬਿਲਕੁਲ ਜਿੱਦਾਂ ਗੱਲ ਕੀਤੀ ਹੈ ਕਿ ਪੂਰੀ ਤਿਆਰੀ ਦੇ ਨਾਲ ਇੱਥੋਂ ਟਿਕਟਾਂ ਬੁੱਕ ਹੋ ਚੁੱਕੀਆਂ ਨੇ ਪਹਿਲਾਂ ਇਹਨਾਂ ਨੇ ਕਿਹੜਾ ਸ਼ੋਅ ਕਰਨਾ ਹੈ ਜੀ ਉਹ ਰੋਮ ਦੇ ਵਿੱਚ ਆ ਅਤੇ ਦੂਸਰਾ ਸ਼ੋਅ ਜਿਹੜਾ ਉਹ ਸੁਬੋਧੀਆ ਦੇ ਵਿੱਚ ਕਰਨਾ ਆ ਅਤੇ ਪੂਰੀ ਵਿਦ ਟੀਮ ਦੇ ਨਾਲ ਜਿੱਦਾਂ ਦੱਸਿਆ ਕਿ ਦੂਸਰੇ ਸਾਥੀ ਹੋਣੀ ਵੀ ਜਿਹੜੇ ਇਹਨਾਂ ਦੇ ਜਾ ਰਹੇ ਨੇ ਜਿਹੜਾ ਉਹਨਾਂ ਨੇ ਕਾਫੀ ਇਹਨਾਂ ਦੇ ਮਸ਼ਹੂਰ ਗਾਣੇ ਜਿਹੜੇ ਉਹਨਾਂ ਨੇ ਗਾਏ ਨੇ ਅਤੇ ਉਹ ਇਸ ਲਈ ਪੂਰੀ ਤਿਆਰੀ ਦੇ ਵਿੱਚ ਅਤੇ 13 ਅਤੇ 14 2 ਤਰੀਕ 2 ਦਿਨ ਇਹ ਤੁਸੀਂ ਹੁਣ ਆਪਣੇ ਟਾਈਮ ਕੱਢੋ ਜਿਹੜੇ ਸਤਾਲਿਆਂ ਵਾਲੇ ਵੀਰ ਆ ਜਿਹੜੇ ਡੈਰੀ ਫਾਰਮਾਂ 'ਚ ਕੰਮ ਕਰਦੇ ਨੇ ਉਹ ਵੀ ਹੁਣ ਸ਼ਾਮ ਦਾ ਥੋੜ੍ਹਾ ਜਿਹਾ ਟਾਈਮ ਥੋੜ੍ਹਾ ਪਹਿਲਾਂ ਸੈੱਟ ਕਰ ਲਿਓ ਆਪਣੀ ਗਾਈਆਂ ਮੱਝਾਂ ਪਹਿਲਾਂ ਚੋ ਲਿਓ ਅਤੇ ਬਾਕੀ ਜਿਹੜੇ ਫੈਕਟਰੀਆਂ ਵਾਲੇ ਆ ਅਤੇ ਉਹ ਵੀ ਤਾਂ ਚਲੋ ਉਹਨਾਂ ਤੋਂ ਸ਼ਨਿਚਰ ਐਤਵਾਰ ਵੈਸੇ ਛੁੱਟੀ ਹੁੰਦੀ ਆ ਐਡੀ ਕੋਈ ਖਾਸ ਗੱਲ ਨਹੀਂ ਸਾਡੇ ਨਾਲ ਇਹ ਕਾਲਰ ਜੁੜੇ ਨੇ ਇਟਲੀ ਤੋਂ ਦੇਖਦੇ ਉਹਨਾਂ ਦਾ ਕੀ ਕਹਿਣਾ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਵੇਲੇ ਲਾਈਵ ਹੋ ਮੇਰੇ ਨਾਲ ਨੇ ਸੁਖਜਿੰਦਰ ਸ਼ਿੰਦਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਇਟਲੀ ਵਿੱਚ ਜਿਹੜਾ ਸ਼ੋਅ ਦੀਆਂ ਤਿਆਰੀਆਂ ਹੋ ਰਹੀਆਂ ਨੇ ਜੀ ਜੀ ਤੁਸੀਂ ਇਸ ਨੂੰ ਟੀਵੀ ਦੇ ਸਰੋਤਿਆਂ ਨੂੰ ਜੀ ਭਾਈ ਸਾਹਿਬ ਜੀ ਹੋਰ ਸ਼ਿੰਦਾ ਜੀ ਨੂੰ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਜੋ ਆਪਨੇ ਦੱਸਿਆ ਇਹਨਾਂ ਦੀ ਸਿਹਤ ਬਾਰੇ ਰਾਜ ਜੀ ਮੇਰੇ ਹਿਸਾਬ ਨਾਲ ਜੋ ਇਹਨਾਂ ਨੇ ਮਜ਼ਬੂਤ ਯਾਨੀ ਗਾਇਕੀ ਦਿੱਤੀ ਹੈ ਨਾ ਜਿਹੜੀ ਸਦਾ ਬਹਾਰ ਆਈ ਜੀ ਔਰ ਜਿਹੜੀ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੀ ਧੀਆਂ ਭੈਣਾਂ ਸਾਰੇ ਅਸੀਂ ਬੈਠ ਕੇ ਫੈਮਿਲੀ ਵਿੱਚ ਸੁਣ ਸਕਦੇ ਹਾਂ ਇਹੋ ਜਿਹਾ ਮਤਲਬ ਸਾਨੂੰ ਮਨੋਰੰਜਨ ਵੀ ਕੀਤਾ ਆ ਜੀ ਜੋ ਮੌਜੂਦਾ ਅੱਜਕੱਲ ਹੋਇਆ ਹੋਇਆ ਯਾਨੀ ਲੱਚਰ ਗੀਤਾਂ ਦਾ ਉਹਨਾਂ ਤੋਂ ਦੂਰ ਹੈ ਕਿ ਜਿਹੜੀ ਇਹਨਾਂ ਨੇ ਕੀਤੀ ਇਹਨਾਂ ਦੀ ਸਿਹਤ ਦਾ ਇਹ ਵੀ ਰਾਜ ਹੈ ਇੱਕ ਜੀ ਬਿਲਕੁਲ ਬਿਲਕੁਲ ਜੀ ਤੇ ਉਹ ਅਸੀਂ ਮੈਂ ਭਰੋਸਾ ਦਵਾਨਾ ਸ਼ਿੰਦਾ ਜੀ ਨੂੰ ਤੁਸੀਂ ਆਓਗੇ ਤੁਸੀਂ ਹੋਰ ਬੜੇ ਕਮਰਸ਼ੀਅਲ ਸ਼ੋਅ ਕੀਤੇ ਹੋਣੇ ਆ ਪਰ ਜਿੰਨਾ ਪਿਆਰ ਤੁਹਾਨੂੰ ਇਟਲੀ ਦੇ ਵਿੱਚ ਮਿਲੂਗਾ ਜੀ ਇਹ ਸ਼ਾਇਦ ਇੱਕ ਇਤਿਹਾਸ ਹੋਊਗਾ ਤੁਹਾਡੇ ਵਾਸਤੇ ਜੀ ਪਿਆਰ ਜਿੰਨਾ ਮਿਲਣਾ ਇਟਲੀ ਦੇ ਵਿੱਚ ਜੀ ਸਿਰਫ ਪਿਓਰ ਜਿਹਨੂੰ ਪਿਆਰ ਕਹਿੰਦੇ ਸੈਡਲਾਂ ਉਹਦੇ ਬਾਰੇ ਗੱਲ ਕਰ ਰਹੇ ਨੀ ਸੋ ਆਓ ਸਮੁੱਚੀਆਂ ਮਤਲਬ ਜੋ ਸਾਡੇ ਪੰਜਾਬੀ ਭਾਈਚਾਰਾ ਸਾਰਾ ਸਾਡੀ ਵੇਟ ਕਰ ਰਿਹਾ ਬਹੁਤ 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 ਧੰਨਵਾਦ ਵੀਰ ਜੀ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਭਾਜੀ ਇੱਕ ਹੋਰ ਆ ਜੀ ਇਹਨਾਂ ਨੂੰ ਆਪਾਂ ਇਟਲੀ ਦੇ ਵਿੱਚ ਰੋਮ ਦਾ ਇੱਕ ਜਿਹੜਾ ਉਹ ਟੂਰ ਜ਼ਰੂਰ ਕਰਵਾਉਣਾ ਆ ਠੀਕ ਹੈ ਜੀ ਆਓ ਤੁਸੀਂ ਅਜੇ ਤਾਂ ਕਹਿੰਦੇ ਕੋਈ ਗੱਲ ਨਹੀਂ ਬਿਲਕੁਲ ਜੀ ਇਹਨਾਂ ਦੀ ਇੱਕ ਖੁਆਇਸ਼ ਆ ਵੀ ਕਹਿੰਦੇ ਅਸੀਂ ਰੋਮ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਨਹੀਂ ਹੈ ਚਲੋ ਗਏ ਤਾਂ ਹੈਗੇ ਪਹਿਲਾਂ ਨਹੀਂ ਜਿਹੜਾ ਜਿਹੜਾ ਗੂੜੀ ਤਰ੍ਹਾਂ ਗੰਭੀਰਤਾ ਨਾਲ ਦੇਖਿਆ ਤੇ ਐਤਕੀ ਇਹਨਾਂ ਨੂੰ ਜਿਹੜਾ ਜਿਹੜੀਆਂ ਰੋਮ ਦੀਆਂ ਕੱਲੀ ਕੱਲੀ ਚੀਜ਼ ਆਪਾਂ ਐਤਕੀ ਦਿਖਾਉਣੀ ਇਹਨਾਂ ਨੂੰ ਉੱਥੇ ਪਹੁੰਚਿਆਂ ਨੂੰ ਠੀਕ ਹੈ ਜੀ ਕੋਈ ਨਹੀਂ ਆਪਾਂ ਪੂਰਾ ਪ੍ਰੋਗਰਾਮ ਉਹ ਕਰ ਲੈਂਦੇ ਹਾਂ ਜੀ ਇਹਨਾਂ ਦੇ ਆਉਣ ਤੋਂ ਪਹਿਲਾਂ ਜੀ ਘੁੰਮੋਗੇ ਵੀ ਔਰ ਉਹਦੀ ਵੀਡੀਓਗ੍ਰਾਫੀ ਕਰਨੀ ਸਾਰੀ ਦੁਨੀਆ ਦੇਖੂਗੀ ਤੁਹਾਡਾ ਜੀ ਵਾਹ ਵਾਹ ਇਹ ਗੱਲ ਹੈ ਜੀ ਉਹ ਤੁਹਾਡੇ ਲਈ ਕੋਈ ਸੇਵਾ ਹੋਵੇ ਮਤਲਬ ਦੱਸਣੀ ਜ਼ਰੂਰ ਕੋਈ ਗੱਲ ਨਹੀਂ ਦਿਲ ਦੀ ਕੋਈ ਖਾਸ ਨਹੀਂ ਚਲੋ ਇਹ ਇੱਕ ਤੁਹਾਨੂੰ ਪਤਾ ਕਮਰਸ਼ੀਅਲ ਪ੍ਰੋਗਰਾਮ ਨਹੀਂ ਹੈ ਤੁਹਾਡਾ ਜੀ ਸਾਡਾ ਸਾਰਿਆਂ ਦਾ ਹੀ ਸੀਗਾ ਜੀ
ਕਿ ਤੁਸੀਂ ਆਓ, ਕੋਈ ਐਸਾ ਕਲਾਕਾਰ ਆਵੇ। ਪਹਿਲਾਂ ਚੁਣਦਿਆਂ ਚੁਣਦਿਆਂ ਕਿੰਨਾ ਚਿਰ ਤੁਹਾਨੂੰ ਵੀ ਪਤਾ ਜੀ, ਅੱਛਾ ਪ੍ਰਭਾਵ ਬਣਾ ਕੇ ਜਾਣਗੇ। ਸੋ ਇਹੀ ਸਾਡੀ ਖਾਸ਼ ਹੈ, ਬਾਕੀ ਜੋ ਵੀ ਹੈਗਾ ਅਸੀਂ ਹਾਜ਼ਰ ਹਾਂ ਹਰ ਕੰਮ ਵਾਸਤੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਵੀਰ ਜੀ। ਵੀਰ ਜੀ, ਮਤਲਬ ਹਰ ਇੱਕ ਪਰਿਵਾਰ, ਮਤਲਬ ਨੌਜਵਾਨ ਨਹੀਂ, ਇਕੱਲੀ ਨੌਜਵਾਨ ਨਹੀਂ, ਇਕੱਲੇ ਮੁੰਡੇ ਨਹੀਂ ਤੁਹਾਨੂੰ ਉਡੀਕ ਰਹੇ, ਤੁਹਾਨੂੰ ਪੂਰੇ ਜਿਹੜੀਆਂ ਫੈਮਲੀਆਂ ਨੇ ਬਿਲਕੁਲ ਉਹ ਉਡੀਕ ਰਹੀਆਂ ਨੇ। ਵੈਸੇ ਦੇਖਿਆ ਜਾਵੇ, ਜਦੋਂ ਕਹਿੰਦੇ ਹੁੰਦੇ ਨੇ ਜਦੋਂ ਕਿਸੇ ਨੇ ਗਾਉਣ ਵਾਲੇ ਨੇ ਆਉਣਾ ਹੋਵੇ ਤੇ ਜ਼ਿਆਦਾ ਕਹਿੰਦੇ ਹੁੰਦੇ ਮਢੀਰੀ ਉੱਥੇ ਜਾਣਾ, ਆਪਾਂ ਕੀ ਕਰਨਾ ਨਾ, ਤੇ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਵੀ ਐਸੇ ਜਿਹੜੇ ਸ਼ੋਅ ਕਿਹੋ ਜਿਹੇ ਹੋਣੇ ਚਾਹੀਦੇ ਨੇ? ਫੈਮਲੀ ਸ਼ੋਅ ਹੋਣੇ ਚਾਹੀਦੇ ਨੇ, ਜਿਹਦੇ ਬੱਚੇ ਵੀ ਆਉਣ ਜੀ, ਆਪਣੀਆਂ ਭੈਣਾਂ ਮਾਵਾਂ, ਅਤੇ ਉਹ ਜਿਹੜਾ ਮਜ਼ਾ ਫਿਰ ਕੁਝ ਹੋਰ ਹੁੰਦਾ ਨਾ, ਅਤੇ ਇਕੱਲੇ ਹੁਣ ਯੰਗਸਟਰ ਹੋਣ ਉਹ ਗੱਲ ਹੋਰ ਹੁੰਦੀ ਹੈ ਨਾ ਜੀ, ਅਤੇ ਕੋਈ ਸੀਟੀਆਂ ਬਾਜੀਆਂ ਚੀਕਾਂ ਪੈ ਰਹੀਆਂ ਉਹ ਗੱਲ ਹੋਰ ਹੁੰਦੀ ਹੈ, ਉਹ ਨਹੀਂ ਫੈਮਲੀ 'ਚ ਬਹਿ ਕੇ ਨਾਈਸ ਸਾਰੇ ਇੰਜੋਏ ਕਰ ਸਕਣ। ਅਤੇ ਅਸੀਂ ਕੋਸ਼ਿਸ਼ ਹੀ ਕੀਤੀ ਆ ਵੀ ਜਿੰਨੇ ਵੀ ਗੀਤ ਸਾਡੇ ਉਸਤਾਦ ਜੀ ਦਾ ਵੀ ਹੁਕਮ ਸੀਗਾ, ਮੇਰੇ ਵੱਡੇ ਭਾਈ ਸਾਹਿਬ ਦਾ ਵੀ, ਜੋ ਵੀ ਗੀਤ ਗਾਣਾ ਫੈਮਲੀ ਦੇ ਵਿੱਚ ਬਹਿ ਕੇ ਸੁਣ ਸਕੇ, ਅਤੇ ਵੀਡੀਓ ਇੱਦਾਂ ਦੀ ਨਾ ਹੋਵੇ ਕੋਈ ਦੇਖ ਕੇ ਅਗਲਾ ਕਹੇ ਮੈਂ ਟੀ ਵੀ ਭਣਨਾ। ਵੈਲਕਮ ਹਾਂਜੀ ਜੀ, ਅਤੇ ਇੱਦਾਂ ਦੀਆਂ ਚੀਜ਼ਾਂ ਗਾਣੀਆਂ ਵੀ ਜਿਹੜੇ ਲੋਕ ਫੈਮਲੀ ਦੇ ਵਿੱਚ ਬਹਿ ਕੇ ਸੁਣ ਸਕਣ। ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਫਿਰ ਇੱਕ ਵਾਰੀ ਦੱਸ ਦਿਓ ਜਿਹੜੇ ਜਿਹੜੇ ਸਾਥੀ ਨਾਲ ਤੁਹਾਡੇ ਜਾ ਰਹੇ ਨੇ, ਕਿਉਂਕਿ ਇਹਨਾਂ ਨੇ ਤੇ ਜੀ ਸਾਰਿਆਂ ਦਾ ਨਾਮ ਮੈਂਸ਼ਨ ਕਰ ਦੇਣਾ। ਜੱਗੀ ਰੀਹਲ ਜੀ ਤਬਲਾ ਮਾਸਟਰ ਬਹੁਤ ਮਸ਼ਹੂਰ ਇੱਥੇ, ਵਿਸ਼ਾਲ ਜੀ ਕੀਬੋਰਡ ਮਾਸਟਰ, ਬੂਟਾ ਜਗਪਾਲ ਜੀ, ਤੇ ਮੇਛੀ ਇਸ਼ਾਰਾ ਜੀ ਸਾਡੇ ਵੱਡੇ ਵੀਰ, ਬਹੁਤ ਹੀ ਪੁਰਾਣੇ ਸਿੰਗਰ ਸਾਡੇ, ਤੇ ਲੈਜੈਂਡਰੀ ਸਿੰਗਰ ਜਿਹਨੂੰ ਕਹਿੰਦੇ ਆ ਅੰਮ੍ਰਿਤਸਰੀਆ ਮੁੰਡਿਆ, ਕੱਚੀਆਂ ਕਲੀਆਂ ਹਾਂਜੀ, ਤੇ ਗਿੱਧੇ ਵਿੱਚੋਂ ਬਚ ਕੇ ਨਾ ਜਾਏ ਗੁਰੀਏ, ਤੇ ਹੋਰ ਵੀ ਇਹਨਾਂ ਦੇ ਗੀਤ ਬਹੁਤ ਟੋਪ ਟੋਪ ਦੇ, ਤੇ ਕੁਝ ਨਵੇਂ ਵੀ ਪੇਸ਼ ਕਰਾਂਗੇ ਗੀਤ ਉਦੋਂ ਜੀ ਸਨਮੁੱਖ ਨਾ, ਤੇ ਬਾਕੀ ਸਾਰਾ ਡਰਮ ਹੈਪੀ ਭਾਜੀ ਜੀ, ਤੇ ਸਾਰੀ ਟੀਮ ਫੁੱਲ ਰੈਡੀ ਟੂ ਗੋ ਹੈ। ਜੱਸੀ ਜਲੰਧਰੀ ਜੀ, ਉਹ ਵੀ ਵੋਕਲਿਸਟ ਹੈ ਤੇ ਲਿਖਦੇ ਵੀ ਹੈ ਨਾਲ, ਤੇ ਉਹ ਵੀ ਆਣਗੇ ਨਾਲ। ਬਿਲਕੁਲ ਜੀ, ਇਸ ਵੇਲੇ ਪੂਰੀ ਤਿਆਰੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ, ਇਸ ਵੇਲੇ ਧੁੰਮਾਂ ਧਮਾਲਾਂ ਪੈਣਗੀਆਂ ਇਟਲੀ ਦੇ ਵਿੱਚ 13 ਅਤੇ 14 ਅਗਸਤ। ਐਡਰੈਸ ਤੁਹਾਨੂੰ ਦੱਸ ਦਿੱਤਾ ਜੀ, ਅਤੇ 6 ਵਜੇ ਸ਼ੋਅ ਜਿਹੜਾ ਉਹ ਸਟਾਰਟ ਹੋ ਜਾਣਾ। ਫਿਰ ਡਿਪੈਂਡ ਕਰਦਾ ਹੁਣ ਵੀਰ ਹੋਣੀ ਘੱਟੋ ਕਿੰਨਾ ਚਿਰ ਆਪਣੇ ਜਿਹੜੀਆਂ ਜ਼ੋਰ ਦਿਖਾਉਣਗੇ, ਕਿੰਨੀਆਂ ਚਿਰ ਧਮਾਲਾਂ ਪਾਉਣਗੇ, ਇਹ ਤੁਸੀਂ ਟਿਕਟਾਂ ਹੁਣੇ ਜਿਹੜੇ ਨੰਬਰ ਦਿੱਤੇ ਨੇ ਉਹਨਾਂ ਤੁਸੀਂ ਕੰਟੈਕਟ ਕਰ ਸਕਦੇ, ਆਪਣੀਆਂ ਬੁੱਕ ਕਰ ਸਕਦੇ ਹੋ। ਇੱਕ ਦੋ ਲਾਈਨਾਂ ਵੀਰ ਜੀ, ਇੱਕ ਚਿੱਠੀ ਲੰਡਨੋਂ ਲਿਖਦਾ ਤਾਰਾ, ਇਹ ਮੈਨੂੰ ਬਹੁਤ ਡਿਮਾਂਡ ਆਈ ਸੀ, ਕਹਿੰਦੇ ਵੀ ਉਹ ਗੀਤ ਜਿਹੜਾ ਦਿਲਾਂ ਉੱਤੇ ਰਾਜ ਕਰ ਰਿਹਾ ਨਾ, ਅਤੇ ਹਜੇ ਵੀ ਚਲੋ ਮਡੀਰ ਦੀ ਮੈਂ ਗੱਲ ਨਹੀਂ ਕਰਦਾ, ਪਰ ਜਿਹੜੇ ਲੋਕ ਸਮਝਦੇ ਨੇ ਜਿਹਨਾਂ ਨੂੰ ਆਪਣੇ ਸੱਭਿਆਚਾਰ ਦਾ ਕਲਚਰ ਬਾਰੇ ਪਤਾ ਆ, ਪਰ ਉਹਨਾਂ ਉਹ ਦਿਲਾਂ ਉੱਤੇ ਇਹ ਗੀਤ ਨੇ ਇੱਕ ਅਮਿੱਟ ਛਾਪ ਛੱਡ ਦਿੱਤੀ ਜਿਹੜੀ ਖਤਮ ਨਹੀਂ ਹੋ ਸਕਦੀ ਉਹਦੀਆਂ 2 ਸਤਰਾਂ 'ਚ ਹੋ ਜਾਣ। ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ, ਪਿੰਡ ਦਾ ਹਾਲ ਸੁਣਾ ਦੇ ਯਾਰਾ, ਕੌਣ ਕੌਣ ਹੁਣ ਖੇਡੇ ਪਿੰਡ ਵਿੱਚ ਖੇਡ ਕਬੱਡੀ ਦੀ, ਭੁੱਲਦੀ ਨਹੀਂ ਉਹ ਭੁੱਲਦੀ ਨਹੀਂ ਖੁਸ਼ਬੋ ਵੀਰਿਆ, ਕਰਦੀ ਕੱਟੀ ਦੀ ਭੁੱਲਦੀ ਨਹੀਂ ਉਹ। ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ। ਬਹੁਤ ਵਧੀਆ, ਬਹੁਤ ਬੇਖੂਬ ਜਿਹੜਾ ਇਹ ਗਾਣਾ, ਇੱਕ ਇਹ ਲੋਕਾਂ ਦੇ ਦਿਲਾਂ ਉੱਤੇ, ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਆ। ਪਤਾ ਨਹੀਂ ਕਿੰਨੇ ਤਾਰੇ ਜਿਹੜੇ ਆ ਉਹ ਇਹੋ ਜਿਹੀਆਂ ਚਿੱਠੀਆਂ, ਚਲੋ ਹੁਣ ਤਾਂ ਚਿੱਠੀਆਂ ਦਾ ਰਿਵਾਜ਼ ਨਹੀਂ ਵੈਸੇ ਰਿਹਾ, ਸਹੀ ਆਪਣੇ ਪਿੰਡਾਂ ਨੂੰ ਆਪਣੇ ਸੱਭਿਆਚਾਰ ਨੂੰ ਯਾਦ ਕਰਦੇ ਹੋਣਗੇ, ਅਤੇ ਕਈਆਂ ਦੀ ਮਜਬੂਰੀ ਇਹੋ ਜਿਹੀ ਬਣ ਚੁੱਕੀ ਆ ਕਿ 20-25 ਸਾਲ ਤੋਂ ਵੀ ਕੱਚੇ ਬੈਠੇ ਨੇ ਇੱਥੇ, ਅਤੇ ਨਾ ਵਿਚਾਰੇ ਪਿੱਛੇ ਜੋਗੇ ਰਹੇ, ਕਈਆਂ ਦੇ ਬਜ਼ੁਰਗ ਵੀ ਪਿੱਛੋਂ ਚੜ੍ਹਾਈ ਕਰ ਗਏ, ਅਤੇ ਜਿਹੜਾ ਸਮੇਂ ਨੇ ਇਹੋ ਜਿਹੀ ਪਾਬੰਦੀ ਲਾ ਦਿੱਤੀ ਕਿ ਉਹ ਬਜ਼ੁਰਗਾਂ ਦੀ ਚੜ੍ਹਾਈ ਉੱਤੇ ਵੀ ਉਹ ਨਹੀਂ ਜਾ ਸਕੇ, ਅਤੇ ਇਹੋ ਜਿਹੇ ਗੀਤ ਇਹੋ ਜਿਹੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਜਿਹੜਾ ਸਾਡੇ ਕਲਚਰ ਨੂੰ ਯਾਦ ਰੱਖਦੇ ਨੇ, ਅਤੇ ਇਹੋ ਜਿਹੇ ਪਰਿਵਾਰਕ ਸ਼ੋਅ ਜਿਹੜੇ ਫੈਮਲੀਆਂ ਦੇ ਵਿੱਚ, ਤੁਸੀਂ ਪੂਰੀ ਜਿੱਦਾਂ ਸਾਡੇ ਕਾਲਰ ਨੇ ਗੱਲ ਕੀਤੀ ਕਿ ਪੂਰੀ ਫੈਮਲੀ ਜੇ ਇਸ ਜਿਹਨਾਂ ਗੀਤਾਂ ਨੂੰ ਸੁਣ ਸਕੇ, ਉਹਨਾਂ ਗੀਤਾਂ ਦੇ ਜਿਹੜੇ ਸ਼ੋਅ ਜਿਹੜੇ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਸਾਡਾ ਕੰਮ ਆ ਸਾਡੇ ਬੱਚਿਆਂ ਨੂੰ ਅਸੀਂ ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਕਲਚਰ ਦੇ ਨਾਲ, ਆਪਣੇ ਪੰਜਾਬ ਦੇ ਨਾਲ ਅਤੇ ਆਪਣੇ ਇਤਿਹਾਸ ਦੇ ਨਾਲ ਜੋੜ ਕੇ ਰੱਖਣਾ। ਅਤੇ ਜੇ ਹੁਣ ਗਾਣੇ ਇਹੋ ਜਿਹੇ ਹੋਣ ਕਿ ਜਿਹੜੇ ਜਾਂ ਤਾਂ ਫਿਰ ਫੀਮ ਨੂੰ ਪ੍ਰਮੋਟ ਕਰਦੇ ਹੋਣ, ਅਤੇ ਜਾਂ ਫਿਰ ਭੁੱਕੀ ਨੂੰ ਫੋਮ ਕਰਦੇ ਹੋਣ, ਅਤੇ ਜਾਂ ਫਿਰ ਅਸਲੇ ਨੂੰ ਪ੍ਰਮੋਟ ਕਰਦੇ ਹੋਣ, ਅਤੇ ਉਹ ਤੁਸੀਂ ਫਿਰ ਤੁਸੀਂ ਦੇਖ ਲਓ ਵੀ ਤੁਹਾਡੇ ਬੱਚਿਆਂ ਨੇ ਕਿੱਧਰਲੇ ਰਸਤੇ ਨੂੰ ਉਹ ਤੁਰਨਾ ਹੈ। ਇਹ ਤੁਸੀਂ ਆਪ ਖੁਦ ਸਮਝ ਸਕਦੇ ਹੋ ਕਿ
इस लिए सानू अपना समाज सभ्याचार ते पंजाब नू जे बचाउणा है ते सानू किधरली सोच होनी चाहिए है। जे आपां गल कर लईए शिंदा जी सिद्धू मूसेवाले दी, आपां जे आपां गल कर लईए ते जे ओह जिहड़े ओह दुनिया तो इंसान चले गया जिहड़ा एक अमिट छाप अपनी छड गया कि हर पंजाबी दे चेहरे ते मूँह दे उत्ते उहदा उन्हों याद किया जाता चाहे उदियाँ टैटू बहाए हो चाहे उदियाँ टी शर्टा पाइया जाने जा अपन गड्डिया तो उस नौजवान के स्टिकर लाए गए हो। जे आप गल कर लीए एक गाना वह आया 295 तो वह भी गड़ा बारा सलाया गया बहुत वधिया एंडला गाना जो एस वाई एल का बहुत वधिया बलविंदर जटाने की आप गल करिए कौन बलविंदर जटाने जानता जी जी। तो जे आप हम गल कर लीए इसलिए जो गाना रिलीज़ होंदा तो बलविंदर जटाने सर्च करने वाला बहुत उच्च बिल्कुल उच्चा पद्धर से जो पूरी दुनिया के बलविंदर जटाने सर्च किया गया। चलो बंदे की सोच बदल जाती है सोच के तब्दीली आ जाती है पर इसलिए जी साड़ी मुख सोच होनी चाहिए है साढ़े बच्चों असी जे अपने धर्म नाल कल्चर नाल सभ्याचार के परिवार नाल जोड़ के रखना अपने रिश्तिया कायम रखना दादे दादी का दसना भी दादा दादी साढ़े पिछोकड़ की सी साडा इतिहास की गाणियां दे जरूर होने चाहिए जो साडे सभ्याचार दर्शाते हैं जी। देखो जो म्यूजिक आ पंजाबी लोक संगीत ये कल्चर के नाल रिलेटिड है ना सारा कोई जी। मैं कहता हूँ जो बच्चे कोई तबला भी सीख रहे ढोल बहुत वधिया गल है इनकरेज करो ये कल यही भी साज सीख रहे कल्चर का भी पता लग रहा सत्कार करना किसी का ये सब तो वड्डी गल है जी है ना जी। हाँ जी बिल्कुल बिल्कुल जो बच्चा मैं कहें मैसेज की होंगे मैं मैसेज यह है बच्चों को भी अपने माँ प्यो का सत्कार करो सब तो वड्डी गल है। हाँ जी जी बिल्कुल वीर जी एक अपने बच्चों आप कि अपने एक चलो ये साढ़ा एक हट के एक सवाल है मेरा थोनों जी अपने बच्चों अपने असी अपने इतिहास न कि जोड़ के रख सकते हैं। बस यही है कोशिश देखो टाइम दो पहले उन्होंने लेकिन वैसटर्न कल्चर के बहुत हावी है सच है ना बच्चों के स्कूल जाते इंग्लिश है टीवी इंग्लिश अजक फोन जो आ गए इन्होंने काम खराब ही कर दिता जी जी पहले फोन लेके अपने अपने कमर किनिया चीजा हो गई जी लेकिन फिर भी तुम बैठो बच्चों के नाल टाइम स्पेंड करो जी तो लेके जाओ समझाओ उन्होंने भी आ ताया जी आ चाचा आया कुछ भी है ना इन्हें भी अंकल सारे एक रस्सी घरी सी है ना सारे है ना ये रिश्ते जो कि प्यारे रिश्ते है तो किन्ने नौ जी जी बिल्कुल इसलिए देखा जाए नाव भी साढ़े तो विसरते जा रहे हैं क्योंकि इतने इंग्लैंड की गल नहीं इंडिया च भी है इंडिया में भी करना हम देखा जाए हम ताए का ताऊ बना दता जी चाचे का चाचू बना दता मामे का मामू बना दता फुफड़ का फूफू बना दता वो रिश्ते रहे नहीं जोड़े होने चाहिए थे जो सा रिश्तिया के नावों जो आप इटली की गल कर ली खास करके इटली वाले तुम्हें मैं दसना चाहना कि अपने बच्चों अपने रिश्तिया के नाल जोड़ के रखना एक तुहाडी जी जिम्मेवारी एक बनती है कि अपने बच्चों अपने सभ्याचार के नाल रिश्ते दे नाल नाल जिहड़े जोड़ के रखना क्योंकि शिंदा जी उत्थे आपां दसदे आ चाहे उत्थे दादा दादी होवे ते चाहे उत्थे नाना ते नानी होवे उह दोनों नूं इक्को ही नां दिता जांदा आ नौना जिहड़ी नानी आ जां दादी आ ते नौनो जिहड़ा दादा जां नाना आ ठीक है मतलब इक्को दे नां दे नाल ही दोनों नूं उह जोड़ के रख दिता जांदा ते दूसरे नंबर ते जिहड़ा जां चाचा होया ताया होया मामा होया फुफड़ होया उह सारिआं नूं सीओ ही कहिंदे उह अच्छा सारिआं नूं सीओ ही कहिंदे आ ते जे तुहाडे जिहड़ा कज़न आपां जे आपां कह दे कहीए तां उहनूं कुजीनो कह देंगे चाहे वह चाहे मामे का मुंडा हो चाहे चाचे का मुंडा हो चाहे भूआ का मुंडा हो मतलब सिर्फ तो सिर्फ चार पांच रिश्ते आ जिन्हां दे नां आ जिहड़े नाल पंजां दे नाल पूरी मतलब पूरे कल्तनात जिहड़ी सल्तनत आ उह चलदी आ जिद्दां हुण साडे दा रिश्तेदार देखिया जावे तां भूआ फुफड़ मामे चाहे ताते दादा परदादा मतलब काफ़ी जिहड़े आ जे आपां पर अपने इन्हां रिश्ते रिश्तियां नूं कायम रखीए तां अज सोचिया अज इन्हां रिश्तियां नूं सांभण दी अपने बच्चों अपनी पंजाबी मां बोली दे नाल जोड़ के रखण दी पर साडे किते ना किते जिद्दां मेरे वीर ने पहलां इह गल कही आ कि साडा ही फर्ज बणदा आ कि असीं अपने बच्चों लई थोड़ा बहुता टाइम कढ़ीए क्योंकि इसलिए जिहड़ी नौजवानी वीर जी नशियां ने खा ली आ बिल्कुल नशियां दी भरमार जे इंग्लैंड विच कहीए तां इत्थे वी चाहे कह जिन्या मर्जी कही सरकारां बहुत सख्त ने बहुत नहीं नहीं सारे दुनिया जी ते जिहड़ा इसलिए भारत दे विच आ तुहाडे सामने आ नित नवे जिहड़ियां ओह उत्थे जिहड़ियां उत्थे वी नाले कनेडा अमरीका वी जिहड़े नवे आ रहे ना जी कई तो बहुत मेहनत करदे कई विचों ते बहुत गलत काम कर रहे आ कनेडा हुण मैं हुणे आया जी ते बहुत वेख्या तरसांदा देख के कई बच्चे बहुत मेहनत कर रहे आ ते कई उही बस है ना चलो तुसीं तां तुहाडा तां आउण जाण सो इस करके चलो मालक कृपा करन जिहड़े वीर भैण सुन भी रहे आ भी अच्छा काम करिए भी जिहड़ा पंजाबीयत नूं पंजाबीयत दा नां उच्चा होए ठीक है ना अपने मां प्यो दा नां उच्चा करे जी नाज होवे ना कई वीर ना जी
ਬਿਲਕੁਲ ਜੀ, ਇਸ ਦੁਬਾਰਾ ਇੱਕ ਪ੍ਰੋਗਰਾਮ ਦਾ ਅਖੀਰ ਦੇ ਵਿੱਚ ਤੁਹਾਨੂੰ ਫਿਰ ਦੁਬਾਰਾ ਇੱਕ ਮੈਂ ਦੁਬਾਰੀ ਐਡਰੈਸ ਦੱਸ ਦਿੰਦਾ ਜੀ, ਅਤੇ ਤੁਸੀਂ ਹੁੰਮ ਹਮਾ ਕੇ ਵਿਦ ਫੈਮਿਲੀ ਵਿਦ ਪਰਿਵਾਰਕ ਮੈਂਬਰ ਆਪਣੇ ਕਿਸੇ ਨੂੰ ਵੀ ਘਰ ਨਹੀਂ ਛੱਡਣਾ, ਕਿਉਂਕਿ ਇਹੋ ਜਿਹੇ ਸ਼ੋਅ ਵਾਰ ਵਾਰ ਨਹੀਂ ਹੁੰਦੇ। ਚਲੋ ਤਾਂ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਮੰਡੀਰ ਵਾਲੇ ਸ਼ੋਅ ਤਾਂ ਬਹੁਤ ਹੁੰਦੇ ਨੇ ਕਿ ਜਿੱਥੇ ਸਿਰਫ ਅਤੇ ਸਿਰਫ ਮੁੰਡੇ ਹੀ ਜਾ ਸਕਦੇ ਨੇ, ਕੁੜੀਆਂ ਵੀ ਉੱਥੇ ਜਾਣ ਤੋਂ ਗੁਰੇਜ਼ ਕਰਦੀਆਂ ਨੇ, ਪਰ ਇਹੋ ਜਿਹੇ ਸ਼ੋਅ ਜਿਹੜੇ ਅਸੀਂ ਅਲੀਕੇ ਗਏ ਨੇ KTV ਦੁਆਰਾ ਜਾਂ ਸਾਡੇ ਹੋਰ ਉੱਥੇ ਜਿਹੜੇ ਪਰਿਵਾਰਕ ਜਿਹੜੇ ਮੈਂਬਰ ਵੱਸਦੇ ਨੇ ਇਟਲੀ ਦੇ ਵਿੱਚ ਰਹਿੰਦੇ ਨੇ, ਉਹਨਾਂ ਇੱਕ ਖਾਸ ਉਪਰਾਲਾ ਕਰਕੇ ਉਹਨਾਂ ਪੰਜਾਬੀ ਫੈਮਿਲੀਆਂ ਦੇ ਲਈ ਇੱਕ ਖਾਸ ਇੱਕ ਸੁਖਜਿੰਦਰ ਸ਼ਿੰਦਾ ਜੀ ਨੂੰ ਇੱਕ ਬੇਨਤੀ ਕੀਤੀ ਕਿ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਕਿ ਉੱਥੇ ਆਉਣਾ ਇਹਨਾਂ ਨੇ। ਵੈਸੇ ਆਪਣੀ ਜ਼ਿੰਦਗੀ ਵਿੱਚ ਕਾਫੀ ਬਿਜ਼ੀ ਨੇ ਕਿਉਂਕਿ ਇਹਨਾਂ ਦਾ ਵੱਖ ਵੱਖ ਕੰਟਰੀਆਂ ਦੇ ਵਿੱਚ ਆਉਣ ਜਾਣ ਲੱਗਿਆ ਰਹਿੰਦਾ, ਪਰ ਇਹਨਾਂ ਨੇ ਸਪੈਸ਼ਲ ਇਟਲੀ ਦੇ ਸਾਡੇ ਲਈ ਇਹ ਟਾਈਮ ਕੱਢਿਆ ਅਤੇ ਸਾਨੂੰ ਇਹ ਦੋ ਦਿਨ ਜਿਹੜੇ ਦਿੱਤੇ ਨੇ, 13 ਅਤੇ 14 ਤਰੀਕ, 13 ਅਗਸਤ ਵੀਆ ਲੋਂਗੋ ਸੀਸ ਤੋਂ ਨੰਬਰ 2684 ਸੁਬੋਧੀਆ ਲਤੀਨਾ ਜੀ, ਅਤੇ 14 ਅਗਸਤ ਨੂੰ ਜਿਹੜਾ ਵੀਆ ਸਤਰਾਦੋਨੇ ਦਲ ਸਾਂਦਰਲੋ ਨੰਬਰ 8 ਆਂਸੀਓ ਰੋਮਾ ਨੀਅਰ ਮੰਦਰ ਦੇ ਲਾਗੇ ਰੋਮਾ ਦੇ ਵਿੱਚ ਤੁਸੀਂ ਇਹ ਸ਼ੋਆਂ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਹੈ। ਅਤੇ ਕਿਸੇ ਤਰ੍ਹਾਂ ਵੀ ਦੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਇੱਥੇ ਵੀ ਫੋਨ ਕਰਦੇ ਹੋ, ਇਟਲੀ ਦੇ ਨੰਬਰ ਵੀ ਜਿਹੜੇ ਆ ਉਹ ਸਕਰੀਨ ਉੱਤੇ ਮੈਂ ਕਹੂੰਗਾ ਆਪਣੀ ਟੀਮ ਨੂੰ, ਉਹ ਜਿਹੜਾ ਪੋਸਟਰ ਉਹ ਆਪਾਂ ਜਿਹੜਾ ਸਾਡੇ ਵੀਰ ਹੋਣਾ ਰਿਲੀਜ਼ ਕੀਤਾ ਉਹ ਦਿਖਾ ਦਿੱਤਾ ਜਾਵੇ, ਅਤੇ ਉਹਨਾਂ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਤੁਸੀਂ ਆਪਣੇ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋ ਅਤੇ ਤੁਸੀਂ ਉਸ ਨੰਬਰਾਂ 'ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਵੀਰ ਲਾਸਟ ਵਿੱਚ ਜੇ ਕੁਛ ਕਹਿਣਾ ਚਾਹੋਗੇ ਆਪਣੇ ਇਟਲੀ ਵਾਲਿਆਂ ਨੂੰ ਕੁਛ? ਅਤੇ ਬਸ ਇਹੀ ਹੈ ਬੇਨਤੀ ਵੀ ਹੁਮ ਆ ਕੇ ਪਹੁੰਚੋ ਪਰਿਵਾਰ ਸਮੇਤ, 13 ਅਤੇ 14 ਨੂੰ ਤੁਸੀਂ ਸਾਰਾ ਤਰੀਕ ਦੱਸ ਦਿੱਤਾ, ਅਤੇ ਅਸੀਂ ਬਹੁਤ ਆਸ ਲੈ ਕੇ ਅਸੀਂ ਆ ਰਹੇ ਹਾਂ ਉੱਥੇ ਵੀ ਸਾਰੇ ਜਿਹੜੇ ਵੀਰ ਭੈਣ ਬਜ਼ੁਰਗ ਉਹਨਾਂ ਨੂੰ ਖੁਸ਼ ਕਰ ਸਕੀਏ। ਹਾਂਜੀ, ਜੋ ਵੀ ਉਹਨਾਂ ਦੀ ਫਰਮਾਇਸ਼ਾਂ ਸਭ ਗਾ ਕੇ ਜਾਣਗੇ ਪ੍ਰੋਗਰਾਮ, ਜਦੋਂ ਤੱਕ ਉਹ ਕਹਿੰਦੇ ਨਹੀਂ ਬੰਦ ਨਹੀਂ ਕਰਨਾ ਚੱਲੂਗਾ। ਹਾਂਜੀ ਬਿਲਕੁਲ ਜੀ, ਤੁਹਾਨੂੰ ਮੈਂ ਸ਼ੁਰੂਆਤ ਦੱਸ ਦਿੱਤੀ ਸੀ, ਪਰ ਬਾਕੀ 6 ਵਜੇ ਸ਼ੁਰੂ ਹੋ ਜਾਣੀ ਆ, ਅਤੇ ਉਸ ਤੋਂ ਬਾਅਦ ਜਿੰਨਾ ਚਿਰ ਤੁਸੀਂ ਕਹੋਗੇ ਉਹਨਾਂ ਚਿਰ ਸਾਡੇ ਵੀਰ ਹੋਣਾ ਤੁਹਾਡੇ ਬਿਲਕੁਲ ਤੁਹਾਡੇ ਸਾਹਮਣੇ ਰੂਬਰੂ ਨੇ, ਜਿੰਨਾ ਚਿਰ ਤੁਸੀਂ ਕਹੋਗੇ ਉਹਨਾਂ ਚਿਰ ਪ੍ਰੋਗਰਾਮ ਲਗਾਤਾਰ ਚੱਲੂਗਾ, ਭੰਗੜੇ ਪੈਣਗੇ, ਧਮਾਲਾਂ ਪੈਣਗੀਆਂ, ਅਤੇ ਜਿਹੜਾ ਤੁਹਾਡਾ ਮਨੋਰੰਜਨ ਕੋਸ਼ਿਸ਼ ਕਰਾਂਗੇ ਤੁਹਾਡੇ ਜਿਹੜੀ ਖੁਆਇਸ਼ਾਂ ਦੇ ਅਸੀਂ ਪੂਰੇ ਉੱਤਰ ਸਕੀਏ। ਅਤੇ ਬਿਲਕੁਲ ਅਖੀਰ ਦੇ ਵਿੱਚ ਜੇ ਕੋਈ ਗਲਤੀ ਮਾਫ ਹੋ ਗਈ ਤਾਂ ਬੋਲਣ ਦੇ ਵਿੱਚ ਅਤੇ ਮੁਆਫ ਜੀ, ਕਿਉਂਕਿ ਐਡਰੈਸ ਮੈਂ ਲਿਖਿਆ ਸੀਗਾ ਪਰ ਕੋਈ ਪਹਿਲਾਂ ਮੇਰੇ ਕੋਲ ਉਲਟ ਤਰੀਕਾਂ ਦੱਸ ਹੋ ਗਈਆਂ, ਦੁਬਾਰਾ ਮੈਂ ਤੁਹਾਨੂੰ ਜਿਹੜੀਆਂ ਸਹੀ ਤਰੀਕਾਂ ਦੱਸੀਆਂ, ਪਰ ਮੈਂ ਜਿੱਦਾਂ ਸਪਸ਼ਟ ਕੀਤਾ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ KTV ਦੇ ਸਟੂਡੀਓ 'ਤੇ ਇੱਥੇ ਇੰਗਲੈਂਡ ਵਿੱਚ ਵੀ ਫੋਨ ਕਰ ਸਕਦੇ ਹੋ, ਅਤੇ ਜਿਹੜੇ ਇਟਲੀ ਦੇ ਵਿੱਚ ਜਿਹੜੇ ਪੋਸਟਰ ਉੱਤੇ ਜਿਹੜੇ ਨੰਬਰ ਆਪਾਂ ਲਿਖੇ ਨੇ ਤੁਸੀਂ ਉਹਨਾਂ ਉੱਤੇ ਕਾਲ ਕਰਕੇ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਲੈ ਸਕਦੇ ਹੋ। ਮਿਲਦੇ ਹਾਂ ਇਟਲੀ ਦੇ ਵਿੱਚ, ਆ ਜਾਓ ਜੀ 13 ਅਤੇ 14 ਅਗਸਤ ਨੂੰ ਸੁਬੋਧੀਆ ਅਤੇ ਰੋਮਾ ਦੇ ਵਿੱਚ, ਸਾਡੇ ਦੋਨਾਂ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ, ਮੈਂ ਆ ਰਿਹਾ ਇਟਲੀ ਨੂੰ, 13 ਤਰੀਕ ਨੂੰ ਸੁਬੋਧੀਆ, 14 ਤਰੀਕ ਨੂੰ ਰੋਮ, ਲਾਈਵ ਬੈਂਡ ਦੇ ਨਾਲ ਨਾਲ ਮੇਰੇ ਵਿੱਚ ਹੀ ਇਸ਼ਾਰਾ ਸਾਡੇ ਪਤੀ ਵੀਰ ਵੀ ਆ ਰਹੇ ਨੇ, ਸੋ ਹੁਮ ਹਮਾ ਕੇ ਪਹੁੰਚੋ ਪਰਿਵਾਰ ਸਮੇਤ, ਖੁਸ਼ੀਆਂ ਮਨਾਵਾਂਗੇ ਅਤੇ ਭੰਗੜੇ ਪਾਵਾਂਗੇ। ਸੋ ਮਿਲਦੇ ਹਾਂ 13 ਅਤੇ 14